ਲੈ ਵੀ ਤੁਹਾਡਾ ਬੰਦਾ ਪਰਤਿਆ ਆ ਲੈ ਆ ਕੋਕ ਮੈਂ ਤਾਂ ਲੱਗਦਾ ਸਿਆਂ ਬੇ ਕਿਤੇ ਰਾਹ 'ਚ ਨਾ ਪੀ ਪੂ ਕੇ ਮੁੜਿਆ ਵੇ ਨਹੀਂ ਨਹੀਂ ਲੈ ਭਾਜੀ ਹੈਂ ਲੈ ਆ ਟੱਪਦਾ ਕਹਿੰਦਾ ਲਾਉਣੇ ਭਰਤੀ ਹੈ ਲਓ ਜੀ ਕੋਕ ਪਾਰਟੀ ਵਿਦ ਅੰਬਾਸਰ ਨਾਲ ਪੈਸੇ ਨਹੀਂ ਮੁੜੇ ਚੱਕੋ ਫੜਾਓ ਭਾਜੀ ਝੱਗ ਜੀ ਮਾਰਦਾ ਹੁੰਦਾ ਕਿ ਬੋਤਲ ਦੀ ਸ਼ਰਤ ਲਾ ਕੇ ਵਾਲੀਬਾਲ ਖੇਡ ਦਿੰਦੇ ਆ ਤੇ ਉਹ ਫਿਰ ਜਿਹਨੇ ਜਿੱਤ ਲੈਣਾ ਦੂਜੇ ਨੇ ਕੋਕ ਪੀਣੀ ਅੱਛਾ ਹਾਂਜੀ ਆ ਹੁਣ ਬਾਕੀ ਸਾਰਾ ਤੇਰਾ ਹੀ ਹਾਂ ਤੇਰਾ ਹੀ ਹੋਏ ਹੂੰ ਲਵਾਨ ਜੀ ਹਾਂਜੀ ਹਾਂਜੀ ਪੀਜੇਗੇ ਸਾਰਾ ਹੂੰ ਪੀ ਨਾ ਨੇ ਉਹ ਜਤਿੰਦਰ ਸਰ ਕਿਵੇਂ ਮਿਠਾਈ ਹਾਂਜੀ ਸੰਗ ਜੇ ਫੜਦਾ ਨਹੀਂ ਸੰਗ ਨਹੀਂ ਫੜਦਾ ਹੂੰ ਸਹੀ ਆ ਫਿਰ ਤਾਂ ਕੀ ਨਾਂ ਹੋਣਾ ਚਾਹੀਦਾ ਉਸਤਾਦ ਦਾ ਉਸਤਾਦ ਦਾ ਹਜੇ ਸੋਚਦੇ ਆ ਨਾ ਕੀ ਨਾਂ ਤੁਹਾਡਾ ਕੋਈ ਵੈਸੇ ਫੁੱਲ ਨਾਂ ਕੀ ਹੈ ਬਾਈ ਜਸ਼ਨ ਪਾਲ ਜਸ਼ਨ ਹਾਂਜੀ ਪਾਲ ਹਾਂ ਜਸ਼ਨ ਜੱਜੇ ਤੇ ਕੀ ਬਣ ਸਕਦਾ ਨਹੀਂ ਅਜੇ ਬਣਾਵਾਂਗੇ ਸੋਚ ਕੇ ਨਹੀਂ ਫੇਰ ਹੀ ਮਾੜਾ ਮੋਟਾ ਜੱਜੀ ਜੱਜੀ ਰੱਖਿਆ ਉਹਦਾ ਨਾਂ ਜੱਜੀ ਹੈ ਜੱਜੀ ਕਹਿ ਦੇਈਦਾ ਜੱਜੀ ਜੱਜੀ ਡੋਟ ਤੇ ਤੂੰ ਭੱਜ ਕੀ ਕਰਦਾ ਇਹ ਹਲਵਾਈ ਆ ਹੂੰ ਹਲਵਾਈ ਏ ਅਗਰ ਨਾ ਹਲਵਾਈ ਏ ਕਿ ਉਹ ਵੀ ਹਲਵਾਈ ਨਾ ਨਾ ਉਦਾਂ ਹਲਵਾਈ ਆ ਇਹ ਮੈਰੇ ਸਿੰਘਾਂ ਦਾ ਮੁੰਡਾ ਵਾ ਹੂੰ ਮੈਰੇ ਸਿੰਘਾਂ ਦਾ ਮੁੰਡਾ ਵਾ ਹੂੰ ਹਾਂਜੀ ਮੈਰੇ ਸਿੰਘ ਵੀ ਹੁੰਦੇ ਆ ਹੂੰ ਹਾਂ ਉਹਨਾਂ ਦਾ ਮੁੰਡਾ ਤੇ ਉਸਤਾਦ ਤੂੰ ਵੀ ਖੇਡਿਆ ਕਰ ਕਬੱਡੀ ਕਬੱਡੀ ਨਹੀਂ ਖੇਡੀ ਕਿਉਂ ਬਹਿ ਸ਼ੁਰੂ ਤੋਂ ਬਹਿ ਨਹੀਂ ਰਹੇ ਇੰਨੇ ਵਧੀਆ ਤੇਰੇ ਦੰਦ ਦੰਦੀ ਵੱਢ ਕੇ ਭਜਾਇਆ ਕਿ ਨਹੀਂ ਵੇਖ ਭਾਜੀ ਵੇਖ ਜਦੋਂ ਵੀ ਤੇਰੇ ਜਦੋਂ ਵੀ ਤੈਨੂੰ ਢਾਲਿਆ ਕਰਨਾ ਹਨਾ ਹਨਾ ਜਦੋਂ ਤੈਨੂੰ ਉੱਤੋਂ ਪੱਟ ਜਾ ਭਰ ਕੇ ਉੱਤੇ ਡਿੱਗਦੇ ਨੀ ਹੁੰਦੇ ਹਨਾ ਉਹ ਢਿੱਡ ਦੇ ਦੰਦੀ ਵੱਡੀ ਢਾਲ ਕਰਕੇ ਤੇਰੇ ਜਾ ਫਿਰ ਉਹ ਮਾਰਤੇ ਹਨਾ ਇਹ ਤੁਹਾਨੂੰ ਦਾਰ ਦੱਸਤਾ ਤੁਸੀਂ ਨੀ ਵਰਤ ਸਕਦੇ ਰਜਿਸਟਰਡ ਉਹਨਾਂ ਕੋਲ ਸਾਰੀ ਪਈ ਹੈ ਪੀਣੀ ਆ ਕਰੇ ਜੱਜੀ ਇਹਨੇ ਸ਼ਰਤ ਸ਼ੁਰਤ ਦੇ ਦਿੰਦਾ ਸੀ ਜਿੱਤ ਤੁਹਾਨੂੰ ਕਿਵੇਂ ਵਾਲੀਬਾਲ ਦੀ ਸ਼ਰਤ ਲੱਗਦੀ ਸੀ ਦਿੰਦਾ ਸੀ ਪੈਸੇ ਪੂਸੇ ਕਿ ਮਤਲਬ ਭੱਜ ਜਾਂਦਾ ਸੀ ਨਹੀਂ ਨਹੀਂ ਬੋਤਲ ਲੱਗਦੀ ਹੁੰਦੀ ਬੋਤਲ ਦੇ ਦਿੰਦਾ ਹੁੰਦਾ ਸੀ ਬੋਤਲ ਬੋਤਲ ਦਾ ਸ਼ਰਤ ਦਸ ਦਸ ਪਾਉਂਦੇ ਹੁੰਦੇ ਆ ਭਾਈ ਉਹ ਗੱਲ ਸਹੀ ਆ ਉਹਦੀ ਜਿਵੇਂ ਮੈਂ ਗਾਣਾ ਨਹੀਂ ਕੱਢਿਆ ਉਹਨੇ ਲੱਖਾਂ ਦਾ ਵੀ ਰਿਹਾ ਨਾ ਸਵਾਦ ਮਿੱਤਰ ਉਹ ਜੋ ਇੱਕ ਸਿੱਕੇ ਨਾਲ ਆਉਂਦਾ ਸੀ ਅੱਜ ਲੱਖ ਵੀ ਪੈਸੇ ਵਾਧੂ ਹੁੰਦੇ ਕੋਲੇ ਪਰ ਜੋ ਪਹਿਲਾ ਸਵਾਦ ਸੀ ਉਹ ਪਹਿਲਾ ਹੈ ਦਸਾਂ ਰੁਪਈਆਂ ਦਾ ਸਵਾਦ ਬਹੁਤ ਹੁੰਦਾ ਹੁੰਦਾ ਉਹ ਕਾਰਨ ਕੀ ਹੈ ਅੰਬੇ ਉਹ ਕਾਰਨ ਪਤਾ ਨਹੀਂ ਭਾਜੀ ਜਿਵੇਂ ਮਤਲਬ ਲਾ ਲਓ ਸਿਸਟਮ ਜਿਵੇਂ ਉਹਨੇ ਗਾਣਾ ਕੱਢਿਆ ਹਨਾ ਉਹ ਕਿੱਡੀ ਸੱਚੀ ਜੀ ਸ਼ੈ ਆ ਆਪਾਂ ਨੂੰ ਫੀਲ ਹੁੰਦੀ ਆ ਜਿਵੇਂ ਤੁਹਾਨੂੰ ਵੀ ਹੁੰਦੀ ਹੋਊਗੀ ਜਾਂ ਜਿੱਦਾਂ ਵੀ ਆ ਜੋ ਬਚਪਨ 'ਚ ਸਵਾਦ ਆ ਦਸਾਂ ਰੁਪਈਆਂ ਦਾ ਪੰਜਾਹ ਮਿਲਦੇ ਹੁੰਦੇ ਦਸ ਰੁਪਈਏ ਉਹਨਾਂ ਦਾ ਸਵਾਦ ਨਹੀਂ ਹੈਗਾ ਅੱਜ ਅੱਜ ਲੱਖ ਪੈਸੇ ਕੋਲ ਆ ਪਰ ਗੱਲ ਨਹੀਂ ਬਣਦੀ ਜੋ ਪਹਿਲਾਂ ਬਣਦੀ ਹੁੰਦੀ ਬਹੁਤ ਸਵਾਦ ਹੁੰਦਾ ਇਹ ਮਤਲਬ ਕਿ ਖੁਸ਼ੀ ਜੀ ਹੁੰਦੀ ਹੁੰਦੀ ਜਦੋਂ ਦਸ ਵੀਹ ਰੁਪਈਏ ਮਿਲਨੇ ਕਿਤੇ ਕਦੇ ਹੁਣ ਤੇਰਾ ਅੰਬੇ ਜੀ ਨਹੀਂ ਕੀਤਾ ਵੀ ਇੱਕ ਰੁਪਈਏ ਦੀਆਂ ਮੈਂ ਟੋਫੀਆਂ ਖਾਵਾਂ ਜੇ ਬਚਪਨ ਦਾ ਯਾਦ ਕਰਦਾ ਹਨਾ ਬੰਦਾ ਜਦੋਂ ਕਦੇ ਕਦੇ ਨਾ ਸਾਈਡ ਜਾ ਹੋ ਕੇ ਹਾਂਜੀ ਹਨਾ ਹਾਂ ਇੱਦਾਂ ਦਾ ਹੁਣ ਤੇ ਜਿਵੇਂ ਮਹਾਰਾਜ ਦੀ ਕਿਰਪਾ ਨਾਲ ਚਲੋ ਹਨਾ ਪੈਸੇ ਪੂਸੇ ਸਭ ਕੁਛ ਕੋਲੇ ਹੁੰਦਾ ਵਾ ਜੋ ਸ਼ੈ ਖਾਣੀ ਪਰ ਜਿਹੜੀ ਜਦੋਂ ਉਦੋਂ ਮੰਗ ਮੰਗ ਕੇ ਜੇ ਖਾਣੀ ਜਾਂ ਮਤਲਬ ਕਿ ਤਰਸਾ ਕੇ ਜੇ ਖਾਣੀ ਕਿ ਦਸ ਰੁਪਈਏ ਪੰਜ ਖਾ ਲਈਏ ਪੰਜ ਬਾਅਦ ਖਾਵਾਂਗੇ ਉਹ ਗੱਲ ਨਹੀਂ ਬਣਦੀ ਉਦੋਂ ਐਂ ਹੁੰਦਾ ਸੀ ਵੀ ਜਦੋਂ ਅਸੀਂ ਛੋਟੇ ਹੁੰਦੇ ਸੀ ਨਾ ਜੀ ਆਪਾਂ ਵੀ ਉਦੋਂ ਅਸੀਂ ਕੀ ਕਰਨਾ ਨਾ ਮਤਲਬ ਵੀ ਜਦੋਂ ਹੁਣ ਮੈਂ ਵੱਡਾ ਹੋਇਆ ਹੈ ਨਾ ਉਦੋਂ ਮਿਲਦੀਆਂ ਨਹੀਂ ਸੀ ਸੰਤਰੇ ਦੀਆਂ ਗੋਲੀਆਂ ਬੱਸ ਦੇ ਵਿੱਚ ਮਿਲਦੀਆਂ ਹੁੰਦੀਆਂ ਸੀ ਉਹ ਕਦੇ ਕਦੇ ਹੁਣ ਦਿਲ ਕਰਦਾ ਜਦੋਂ ਬੱਸ ਦੇ ਵਿੱਚ ਜਾਈਦਾ ਨਾ
ਉਦੋਂ ਫਿਰ ਅਸੀਂ ਉਹ ਖਾਣਾ ਹੁੰਦਾ ਮੈਂ ਕਦੇ ਕਦੇ ਪਰ ਬਚਪਨ ਇੱਕ ਦਿਨ ਬਾਬਾ ਖਾਈ ਜਾਂਦਾ ਵੇ ਖਾਈ ਜਾਵੇ ਇੱਕ ਉਹ ਕਹਿੰਦਾ ਵੀ ਬੱਚਾ ਹੋਣ ਦੀ ਇੱਛਾ ਚਲੋ ਬਚਪਨ ਚਲਾ ਗਿਆ ਅਤੇ ਜਵਾਨੀ ਚਲੀ ਗਈ ਜ਼ਿੰਦਗੀ ਦੀ ਕੀਮਤੀ ਨਿਸ਼ਾਨੀ ਬਾਈ ਅੰਬੇ ਦਾ ਦੋਸਤ ਜਤਿੰਦਰ ਸਤਿ ਸ਼੍ਰੀ ਅਕਾਲ ਬਾਈ ਇਹਨਾਂ ਨੇ ਇਹਦਾ ਨਾਂ ਰੱਖਿਆ ਸੀ ਬਾਈ ਦਾ ਅੰਬਾ ਹਾਂ ਅੱਛਾ ਅੰਬਾ ਕਿਉਂ ਰੱਖਿਆ ਤੁਹਾਡਾ ਨਾਂ ਕੀ ਰੱਖਿਆ ਸੀ ਇਹਨਾਂ ਨੇ ਜੀ ਫਿਰ ਇੱਕੋ ਬੱਸ ਤੇ ਪੜ੍ਹਦੇ ਰਹੇ ਪਹਿਲਵਾਨ ਜੀ ਹੈਗੇ ਨੇ ਮੁਸਕਰਾ ਰਹੇ ਨੇ ਤੁਸੀਂ ਵੀ ਕਬੱਡੀ ਸ਼ੁਰੂ ਕੀਤੀ ਭਾਈ ਜੀ ਹੁਣ ਤੱਕ ਹਾਂਜੀ ਭਾਜੀ ਹਾਂਜੀ ਇਹ ਅੰਬਾਸੁਰ ਸਿੰਘ ਦੇ ਛੋਟੇ ਭਾਜੀ ਜੀ ਕਿ ਵੱਡੇ ਜੀ ਨਹੀਂ ਛੋਟੇ ਛੋਟੇ ਭਾਈ ਅੱਛਾ ਅੱਛਾ ਜੀ ਹਾਈਟ ਤੈਨੂੰ ਜ਼ਿਆਦਾ ਹਨਾ ਭਾਜੀ ਹਾਈਟ ਜ਼ਿਆਦਾ ਕਬੱਡੀ ਕਦੋਂ ਸ਼ੁਰੂ ਕੀਤੀ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਮੈਂ ਭਾਜੀ ਹਰੇ ਸਾਲ ਕੀ ਹੋਇਆ ਸਾਲ ਤੋਂ ਘੱਟ ਹੀ ਟਾਈਮ ਹੋਇਆ ਗਰਾਊਂਡ ਆਉਣ 'ਤੇ ਅੱਛਾ ਜਾਫ ਕੇ ਰੇਡ ਜਾਫੀ ਅੱਛਾ ਅਤੇ ਹੁਣ ਤੱਕ ਕੋਈ ਪਲੇਅਰ ਫੜਿਆ ਨਾਮੀ ਪਲੇਅਰ ਨਹੀਂ ਨਹੀਂ ਮੈਂ ਨਿੱਕੇ ਮੈਚ ਹੀ ਖੇਡਦਾ ਭਾਈ ਨਿੱਕੇ ਮੈਚ ਵੀ ਨੂੰ ਕਹਿੰਦੇ ਇਹ ਤਾਂ ਵਜਨ ਨਿੱਕੇ ਭਾਜੀ ਉਹ ਹੀ ਜਿਵੇਂ ਮੈਂ ਤੁਹਾਨੂੰ ਆਖਿਆ ਸ਼ੋਅ ਮੈਚ ਤੋਂ ਪਹਿਲਾਂ ਮੈਚ ਹੁੰਦਾ ਵਾ ਅੱਛਾ ਉਹਨੂੰ ਨਿੱਕੇ ਮੈਚ ਕਹਿ ਦੇਈਦਾ ਉਹ 'ਚ ਹੀ ਖੇਡਦਾ ਹੁਣ ਖੇਡਾ ਨਹੀਂ ਇਹਨੂੰ ਆਲ ਓਪਨ 'ਚ ਖੜਿਆ ਕਰਦੇ ਨਾਲ ਹੋਊਗਾ ਤਗੜਾ ਤਗੜਾ ਅਤੇ ਬਥੇਰਾ ਕਿੱਡਾ ਤਗੜਾ ਹਾਂਜੀ ਹੌਲੀ ਹੌਲੀ ਹੋਊਗਾ ਇਹਦਾ ਨਾਂ ਕੀ ਆ ਬਾਹੂਬਲੀ ਸੁਰ ਸਿੰਘ ਰੱਖਣਾ ਮੈਂ ਇਹਦਾ ਵੇਖੋ ਕਿੱਦਾਂ ਭਾਜੀ ਇਹਦਾ ਜਿੰਦਰੀ ਕੀ ਨਾਂ ਰੱਖੇਗਾ ਭਾਈ ਦਾ ਇਹ ਬਿਜਲੀ ਬੋਰਡ 'ਚ ਹੋ ਗਿਆ ਭਾਜੀ ਅੱਛਾ ਹਾਂ ਅਸੀਂ ਮਤਲਬ ਕਿ ਚਲੋ ਮੰਮੀ ਕਬੱਡੀ ਸੈੱਟ ਹੋ ਗਿਆ ਹਨਾ ਇਹ ਬਿਜਲੀ ਬੋਰਡ ਮਹਿਕਮੇ 'ਚ ਭਰਤੀ ਹੋ ਗਿਆ ਹਾਂਜੀ ਤੇ ਕੁੰਡੀ ਕਾਂਡੀ ਫਿਰ ਹੁਣ ਅੰਬੇ ਦਾ ਬਿੱਲ ਫ੍ਰੀ ਹੈ ਸਾਰਾ ਬਿਲਕੁਲ ਫ੍ਰੀ ਅੱਛਾ ਇਹਦਾ ਇਹਦਾ ਭਾਈ ਦਾ ਕੀ ਨਾਂ ਰੱਖਣਾ ਚਾਹੋਗੇ ਤੁਸੀਂ ਜਿਵੇਂ ਬਾਈ ਦਾ ਅੰਬਾ ਰੱਖਿਆ ਤੁਹਾਡੇ ਇਹਦਾ ਇਹਦਾ ਕੋਈ ਸੋਚਿਆ ਨਹੀਂ ਅਜੇ ਹਾਂਜੀ ਨਹੀਂ ਬਾਈ ਰੱਖਣਾ ਤੁਸੀਂ ਆ ਹਾਂਜੀ ਹਾਂਜੀ ਪੱਕਾ ਹਾਂਜੀ ਉਸਤਾਦ ਪਰਮਿਸ਼ਨ ਲੈ ਲਈ ਭਾਜੀ ਤੋਂ ਠੀਕ ਹੈ ਭਾਈ ਠੀਕ ਹੈ ਦੋ ਇਹਨਾਂ ਦੇ ਦੋਸਤਾਂ ਨਾਲ ਆਪਾਂ ਗੱਲ ਕਰ ਰਹੇ ਹਾਂ ਅਤੇ ਹੁਣ ਆਪਾਂ ਦੁਬਾਰਾ ਸ਼ੁਰੂ ਕਰਦੇ ਹਾਂ ਅੰਬੇ ਨਾਲ ਗੱਲਬਾਤ ਐਂ ਕਰਕੇ ਇਹ ਇੱਥੇ ਉਹਦੀਆਂ ਅੱਖਾਂ 'ਚ ਨਾਮ ਆ ਉਹ ਬੋਲ ਰਿਹਾ ਭੈਣ ਉਹਨੂੰ ਵਿਖਾਓ ਉਹਦਾ ਦਰਦ ਕੀ ਆ ਐਦਾਂ ਕਰਕੇ ਆਹ ਚੀਜ਼ ਚਾਹੀਦੀ ਆ ਹੁਣ ਮੈਂ ਇੱਧਰ ਸੋ ਹੁਣ ਅੰਬਾ ਸਰਦੇ ਆਪਾਂ ਉਸਤਾਦਾਂ ਦੇ ਕੋਲ ਇਸ ਸਕੂਲ 'ਚ ਪੜ੍ਹਿਆ ਅੰਬੇ ਕਿਹੜੀ ਕੰਧ ਸੀ ਜਿਹੜੀ ਭਾਈ ਦਾ ਨੇ ਟੱਪ ਕੇ ਹੈਂ ਪਿੱਛੇ ਸਤਿ ਸ਼੍ਰੀ ਅਕਾਲ ਜੀ ਤੇ ਸਰ ਜੀ ਤੁਹਾਡੇ ਕੋਲ ਪੜ੍ਹੇ ਸੀ ਇਹ ਭਾਜੀ ਬਿਲਕੁਲ ਜੀ ਅੱਛਾ ਕੋਈ ਘਟਨਾ ਦੱਸੋ ਇਹਨਾਂ ਦੀ ਯਾਦਗਿਰੀਆਂ ਇਹਨਾਂ ਦੀਆਂ ਹਾਸੇ ਮਜ਼ਾਕ ਦੀਆਂ ਇਹ ਰਿਹਾ ਹੀ ਸਾਡਾ ਸਮਝਾ ਕੇ ਇੱਥੇ ਅੱਛਾ ਜੀ ਹਾਂਜੀ ਤੁਹਾਡੇ ਕੋਲ ਟਾਈਮ ਹੈਗਾ ਤੇ ਇਹਦੇ ਕਾਫੀ ਕਿੱਸੇ ਆ ਇੱਕ ਤਾਂ ਸੁਣਾਓ ਜੀ ਫਿਰ ਸਾਨੂੰ ਇੱਕ ਵਾਰ ਇੱਕ ਹੋਰ ਲੜਕਾ ਸੀ ਇਸ ਤਰ੍ਹਾਂ ਦਾ ਪੋਲਾ ਜਿਹਾ ਸੀਗਾ ਠੀਕ ਹੈ ਜੀ ਬੜੇ ਵਧੀਆ ਹੁੰਦੇ ਇਹ ਬੱਚੇ ਮਤਲਬ ਕਿ ਹਿੰਦੀ ਨਹੀਂ ਮਾਰਨੀ ਪੰਜਾਬੀ ਚੱਲੂਗੀ ਅਤੇ ਉਹ ਜਦੋਂ ਸਾਡੇ ਕੋਲ ਆਏ ਮੈਂ ਕਿਹਾ ਬਹੁਤ ਪਿਆਰੇ ਜਿਹੇ ਬੱਚੇ ਲੱਗਦੇ ਮੈਂ ਕਿਹਾ ਚਲੋ ਫੜੋ ਰਸਾ ਖਿੱਚੋ ਅਤੇ ਰਸਾ ਖਿੱਚ ਲੱਗੇ ਦੋਵੇਂ ਡਿੱਗ ਪਏ ਅੱਛਾ ਜੀ ਉਸ ਤੋਂ ਬਾਅਦ ਇਹਨਾਂ ਦਾ ਇੱਕ ਵਾਰੀ ਘੋਲ ਕਰਾਇਆ ਜੀ ਕੁਸ਼ਤੀ ਕਰਾਈ ਗਈ ਕੁਸ਼ਤੀ ਦੇ ਵਿੱਚ ਇਹਨੇ ਫਿਰ ਉਹਨੂੰ ਢਾ ਲਿਆ ਫਿਰ ਸਾਰ ਨੂੰ ਜਾ ਪਿਆ ਕਿ ਮੁੰਡਾ ਥੋੜ੍ਹਾ ਪਤਾ ਕੁਝ ਘਰ ਜੋਗਾ ਹੈਗਾ ਅੱਛਾ ਜੀ ਫਿਰ ਇਹਨੂੰ ਅਸੀਂ ਹੌਲੀ ਹੌਲੀ ਕਬੱਡੀ 'ਚ ਪਾਇਆ ਇਹਨੂੰ ਡਿਸਟ੍ਰਿਕਟ ਖਿਡਾਇਆ ਉਸ ਤੋਂ ਬਾਅਦ ਇਹ ਦਸਵੀਂ ਕਰਕੇ ਚਲੇ ਗਿਆ ਫਿਰ ਇਹਦੇ ਜਿਹੜੇ ਸੀ ਸਤਾਰੇ ਸੀ ਉੱਭਰ ਕੇ ਸਾਹਮਣੇ ਆਏ ਹੁਣ ਇਹ ਸਮੇਂ ਦਾ ਸਟਾਰ ਆ ਬੜਾ ਮਾਣ ਆ ਸਾਨੂੰ ਆਪਣੇ ਬੱਚੇ 'ਤੇ ਪਰਮਾਤਮਾ ਤੋਂ ਇਹ ਦੁਆ ਕਰਦੇ ਅੱਗੇ ਵੀ ਜਿਹੜਾ ਹੈਗਾ ਉਧਾਰ ਦਿੰਦੇ ਹੋ ਬੱਚਿਆਂ ਨੂੰ ਵੀ ਇਹਦੇ ਵਰਗੇ ਬਣੋ
ਬਿਲਕੁਲ ਜੀ, ਜਿਹੜਾ ਚੰਗਾ ਬੱਚਾ, ਹੋਰ ਵੀ ਸਾਡੇ ਕਈ ਬੱਚੇ ਨੇ ਨੈਸ਼ਨਲ ਖੇਡੇ ਨੇ, ਕਈ ਬੱਚੇ ਇੰਟਰਨੈਸ਼ਨਲ ਕੈਂਪ ਵੀ ਲਾਏ ਨੇ, ਕ੍ਰਿਕਟ 'ਚ ਬੱਚੇ ਗਏ ਨੇ, ਕਬੱਡੀ 'ਚ ਗਏ ਨੇ, ਬੜੇ ਵਧੀਆ ਨੇ। ਕੁਝ ਬੱਚੇ ਇਹ ਵੀ ਹੁੰਦੇ ਨੇ ਕੈਂਪ 'ਚ ਜਾ ਕੇ ਵਿਗੜ ਜਾਂਦੇ ਨੇ, ਚਲੋ ਆਪਣੇ ਆਪ ਨੂੰ ਇਹਨੇ ਮੇਨਟੇਨ ਰੱਖਿਆ ਇਸ ਪੱਖ ਤੋਂ, ਬੜਾ ਧੰਨਵਾਦ ਕਰਦੇ ਹਾਂ ਪਰਮਾਤਮਾ ਦਾ ਹੀ। ਅੱਜ ਤੂੰ ਸਕੂਲ 'ਚ ਆਇਆ, ਹਾਂਜੀ, ਅਤੇ ਕਿਹੜੀ ਸਭ ਤੋਂ ਕਲੋਜ਼ ਤੈਨੂੰ ਗੱਲ ਯਾਦ ਆਈ ਇੱਥੇ? ਕਿਉਂਕਿ ਮੇਰੀ ਜ਼ਿੰਦਗੀ ਜੋ ਬੀਤ ਗਈ ਉਹਨੂੰ ਵਾਪਸ ਮੋੜ ਦਿਓ, ਬਚਪਨ ਜਿਹਾ ਹੈ ਨਾ ਆਹ ਸਕੂਲ ਤੁਹਾਡਾ, ਹੈ ਨਾ, ਤੁਸੀਂ ਦੇਖ ਰਹੇ ਹੋ, ਅਤੇ ਇਹਦੇ ਵਿੱਚ ਆ ਕੇ ਤੈਨੂੰ ਕਿਹੜੀ ਚੀਜ਼ ਹੁਣ ਮਿਸ ਕਰ ਦੇ ਹੁੰਦੀ ਸੀ ਜੀ? ਕਿ ਪੀਰੀਡਾਂ ਪੂਰੀਆਂ ਤੋਂ ਵਜਨ ਦੇ ਮਾਰੇ ਸਾਹ ਸਰ ਸਾਡੀ ਪੀੜ੍ਹੀ ਸੀ ਸਰ, ਮਤਲਬ ਕਿ ਸਪੋਰਟਸ ਦੇ ਸਰ ਸੀ, ਇਹਨਾਂ ਦੇ ਕਮਰੇ 'ਚ ਜਾ ਕੇ ਬੈਠੇ ਰਹੀਦਾ ਹੁੰਦਾ ਸੀ, ਅਤੇ ਮਤਲਬ ਕਿ ਪੀਰੀਅਡ ਤੋਂ ਵਜਨ ਦੇ ਮਾਰੇ, ਅਤੇ ਇਹੋ ਹੀ ਗੱਲ ਚੇਤੇ ਆਈ ਆ ਕਿ ਅੱਜ ਸਪੋਰਟਸ ਰੂਮ ਚੇਤੇ ਆਉਂਦਾ ਪਿਆ ਵਾ, ਉਹ ਹੁੰਦਾ ਸੀ ਹੈ ਨਾ, ਉਹ ਬੜਾ ਹੁੰਦਾ ਸੀ। ਹੁਣ ਉਹ ਮਤਲਬ ਕਿ ਇੱਕ ਕੁੱਟ ਵੀ ਬਹੁਤ ਪਈ ਜਾਂਦਾ ਬੈਠੇ ਸੀ ਅੰਦਰ, ਇਹਦਾ ਹਮੇਸ਼ਾ ਬੈਠ ਜਿਆ ਕਰਨਾ, ਮੈਂ ਪੀੜ ਲਗਾਇਆ ਹੁੰਦਾ ਸੀ ਇਹਨਾਂ ਆਣ ਕੇ ਬੈਠ ਜਿਆ ਕਰਨਾ, ਮੈਨੂੰ ਪਤਾ ਲੱਗਾ ਦੂਜੇ ਟੀਚਰ ਕਹਿੰਦੇ ਵੀ ਬੈਠੇ ਨੇ ਬੱਚੇ ਤੁਹਾਡੇ, ਫਿਰ ਉਸ ਦਿਨ ਇਹਨਾਂ ਨੂੰ ਬਹੁਤ ਕੁੱਟਿਆ ਮੈਂ, ਮੈਂ ਕਿਹਾ ਤੁਸੀਂ ਇਹ ਗਲਤੀ ਕਰਦੇ ਜੀ, ਉਦੋਂ ਛਮਕਾਂ ਹੀ ਟੁੱਟਦੀਆਂ ਹੁੰਦੀਆਂ, ਉਹ ਦੌਰ ਹੋਰ ਸੀਗਾ ਜੀ, ਅੱਜ ਉਹ ਦੌਰ ਨਹੀਂ ਰਹਿ ਗਿਆ। ਹੁਣ ਤਾਂ ਭਾਅ ਜੀ ਇੰਨਾ ਮਾੜਾ ਹਾਲ ਹੋ ਗਿਆ ਕਿ ਜੇ ਜਵਾਬ ਨੂੰ ਜ਼ਿਆਦਾ ਕੁੱਟ ਦੇਵੇ ਨਾ ਜੀ ਕੋਈ, ਅਤੇ ਉਹ ਸ਼ਾਮ ਨੂੰ ਘੇਰ ਲੈਂਦੇ। ਨਹੀਂ ਨਹੀਂ, ਸਾਨੂੰ ਤਾਂ ਲਾਸ਼ਾਂ ਵੀ ਪੈ ਜਾਂਦੀਆਂ ਨੇ ਆਈ ਡੀ ਵਿੱਚ, ਉਹ ਹੁਣ ਮਰਿਆਦਾ ਖਤਮ ਹੋ ਗਈ ਨਾ। ਬੜਾ ਜਵਾਕ ਦਾ ਵੀ ਫਰਕ ਹੁੰਦਾ, ਨਹੀਂ ਕਿਸੇ ਨੂੰ ਅਸੀਂ ਕੁੱਟ ਨਹੀਂ ਸਕਦੇ, ਪਰ ਇਹ ਆ ਵੀ ਜਿੱਥੇ ਪਿਆਰ ਆ, ਨਿੱਜੀ ਗੱਲ ਆ, ਘਰ ਪਰਿਵਾਰ ਦਾ ਪਿਆਰ ਆ, ਬੱਚੇ ਬਾਅਦ 'ਚ ਆਪਣੇ ਹੋ ਜਾਂਦੇ ਆ, ਬੱਚੇ ਸਕੂਲ ਦੇ ਨਾਲ ਰਹਿ ਗਏ, ਚੇਲੇ ਦੇ ਰਹਿਣਗੇ ਵਿਹਲੇ। ਉਹਦੇ 'ਚ ਕੀ ਹੋਇਆ ਕਿ ਸਾਡੇ ਜਿਹੜੇ ਹੈਗੇ ਆ ਨਾ ਕੋਈ ਮਤਲਬ ਪਲੇਅਰਾਂ 'ਚ ਜਿਹੜੇ ਬੱਚੇ ਸੀ ਕੋਈ 20-25 ਸਾਡੇ ਵਾਲੇ, ਉਹ ਆਰਮੀ 'ਚ ਭਰਤੀ ਹੋ ਗਏ, ਇੱਕ ਦੋ ਜਿਹੜੇ ਹੈਗੇ ਅਮੈਰੀਕਾ ਸੈਟਲ ਹੋ ਗਏ ਆ, ਇਹ ਕਬੱਡੀ 'ਚ ਲਵ ਮੁੰਡਾ ਕਬੱਡੀ 'ਚ ਚੰਗਾ ਚੱਲ ਰਿਹਾ ਵਾ, ਇੱਕ ਆ ਜਿੰਦਰਪਾਲੇ ਬਿਜਲੀ ਜਿੰਦਰਪਾਲ ਬਿਜਲੀ ਬੋਰਡ 'ਤੇ ਹੋ ਗਿਆ, ਉਹ ਇਹ ਗੇਮ ਦੇ ਸਿਰ 'ਤੇ ਆਪਦਾ ਆਪਣੇ ਆਪ ਨੂੰ ਜਿਹੜਾ ਇਹਨਾਂ ਨੇ ਮਤਲਬ ਸਥਿਰ ਕਰ ਲਿਆ, ਆਪਦੇ ਰੁਜ਼ਗਾਰ 'ਤੇ ਲੱਗ ਗਿਆ, ਬੜੀ ਖੁਸ਼ੀ ਆ ਸਾਨੂੰ। ਸਾਡਾ ਇੱਕ ਹੁੰਦਾ ਸੀ ਪ੍ਰਿੰਸੀਪਲ ਹੁੰਦੇ ਸੀ ਸਰ ਸੁੱਗਾ ਸਾਹਿਬ, ਅਤੇ ਉਹ ਕਹਿੰਦੇ ਹੁੰਦੇ ਸੀ ਉਹਨਾਂ ਜਦੋਂ ਉਹਨੇ ਕਹਿਣਾ ਨਾ ਪੀੜ੍ਹੀ ਦੇ ਚੇਲੇ 'ਤੇ ਰਹਿਣਗੇ ਵਿਹਲੇ, ਇਹ ਗੱਲ ਹੀ ਤਾਂ ਅਸੀਂ ਅਸਕੇ ਪਾਸੇ ਲੱਗ ਗਏ, ਗਲੀ ਦੇ ਬਾਹਰ ਆਈ ਦੀ ਗੁਰਬਾਰ। ਬਾਕੀ ਤਾਂ ਸਾਡੇ ਸੇਵਾਦਾਰ ਹੈ ਜੀ ਸਰਦਾਰ ਦਿਲਬਾਗ ਸਿੰਘ, ਕਬੱਡੀ ਦੇ ਬਹੁਤ ਵਧੀਆ ਪਲੇਅਰ ਨੇ, ਅਫੀਸ਼ੀਅਲ ਵੀ ਨੇ, ਅਫੀਸ਼ੀਅਲ ਸਾਨੂੰ ਕੋਈ ਟੈਕਨੀਕਲ ਗੱਲ ਹੋਵੇ ਤਾਂ ਅਸੀਂ ਉਹਨਾਂ ਨਾਲ ਵੀ ਸਾਂਝੀ ਕਰ ਲੈਂਦੇ, ਉਹਨਾਂ ਤੋਂ ਪੁੱਛ ਲਈਦਾ। ਇਹਨਾਂ ਦੀ ਕੋਈ ਗੱਲ ਦੱਸੋ ਹੋਰ ਸਾਨੂੰ। ਹੁਣ ਵੇਖੋ ਜੀ ਸਮਾਂ ਚੱਲ ਗਿਆ, ਇੱਕ ਤਾਂ ਤੁਹਾਨੂੰ ਗੱਲ ਦੱਸ ਹੀ ਦਿੱਤੀ ਹੈ ਵੀ ਸੁੱਗਾ ਹਰ ਇੱਦਾਂ ਕਹਿੰਦੇ ਹੁੰਦੇ ਜੀ, ਸਾਡੀ ਉਦੋਂ ਅਡਮਾਟ ਸਾਹਿਬ ਨਾਲ ਇਸ ਗੱਲ 'ਤੇ ਬਹਿਸ ਹੋ ਜਾਂਦੀ ਹੁੰਦੀ ਕਿ ਤੁਸੀਂ ਬੱਚਿਆਂ ਨੂੰ ਖੇਡਣ ਦਿਓ, ਕੋਈ ਗੱਲ ਨਹੀਂ ਸਮਾਂ ਆਊਗਾ ਤਾਂ ਜੇ ਤੁਸੀਂ ਸੱਚੇ ਹੋ ਗਏ ਤੁਹਾਡਾ ਪਤਾ ਲੱਗ ਜੂਗਾ, ਅਸੀਂ ਸੱਚੇ ਹੋ ਗਏ ਸਾਡਾ ਲੱਗ ਜੂਗਾ, ਕਿਉਂਕਿ ਜਿਹੜਾ ਮਿਹਨਤ ਕਰਦਾ ਉਹਨੇ ਅੱਗੇ 'ਤੇ ਜਾਣਾ ਜੀ, ਅਤੇ ਮਿਹਨਤ ਦਾ ਮੁੱਲ ਮੁੜਦਾ ਯਾਰ, ਕੁਦਰਤ ਵੀ ਮਿਹਨਤ ਨੂੰ ਪੇ ਕਰਦੀ ਆ। ਬਾਕੀ ਬੱਚਿਆਂ ਨੂੰ ਵੀ ਅਸੀਂ ਇਹੋ ਜਿਹੀ ਇਹਦੇ ਜ਼ਰੀਏ ਇੱਕ ਮੋਟੀਵੇਸ਼ਨ ਦੇਣਾ ਚਾਹੁੰਦੇ ਹਾਂ, ਪ੍ਰੇਰਨਾ ਦੇਣੀ ਚਾਹੁੰਦੇ ਹਾਂ ਕਿ ਬੱਚਿਓ ਮਿਹਨਤ ਕਰੋ, ਮਿਹਨਤ ਨਾਲ ਤੁਸੀਂ ਕਾਮਯਾਬ ਹੋਵੇ, ਮਿਹਨਤ ਹਰ ਸਫਲਤਾ ਦੀ ਕੁੰਜੀ ਹੈ, ਅਤੇ ਮਿਹਨਤ ਤੁਹਾਡੀ ਤਕਦੀਰ ਨੂੰ ਬਦਲ ਦਿੰਦੀ ਹੈ। ਅੰਬੇ ਜਦੋਂ ਤੁਹਾਨੂੰ ਕਹਿੰਦੇ ਸੀ ਵੀ ਪੀ ਟੀ ਦੇ ਚੇਲੇ 'ਤੇ ਰਹਿਣਗੇ ਵਿਹਲੇ, ਅਤੇ ਉਦੋਂ ਤੁਹਾਡੇ ਅੰਦਰ ਕੀ ਵਾਪਰਦਾ ਸੀ? ਉਦੋਂ ਦੁੱਖ ਜਿਹਾ ਹੀ ਹੁੰਦਾ ਸੀ, ਅਤੇ ਫਿਰ ਹੁਣ ਅੱਜ ਅਸੀਂ ਸਰਕਾਰ ਨੂੰ ਕਹਿੰਦੇ ਹਾਂ ਕਿ ਨਹੀਂ ਪੀ ਟੀ ਦੇ ਚੇਲੇ ਹੁਣ ਲੱਗ ਗਏ ਕੰਮ 'ਤੇ। ਹਾਂਜੀ, ਇੱਕ ਆਹ ਸਰ ਸਾਡੇ ਹੁੰਦੇ ਮੈਟਰ ਸਾਹਿਬ, ਇਹ ਮਤਲਬ ਕਿ ਦੂਜੇ ਇੰਗਲਿਸ਼ ਬਹੁਤ ਮਾਰਦੇ ਆ, ਇਹ ਚਲੇ ਗਏ ਇਹਨਾਂ ਨੇ ਲਾਗੇ ਨਹੀਂ ਹੋਣਾ ਇੱਦਾਂ। ਹਾਂਜੀ, ਇਹ ਸਾਡਾ ਸਕੂਲ ਦੀਆਂ ਯਾਦਾਂ ਵਾ, ਅਤੇ ਜੀਤ ਕਰਦਾ ਫਿਰ ਪੜ੍ਹੀਏ ਪਲੱਸ ਟੂ 'ਚੋਂ, ਪਰ ਹੁਣ ਪਲੱਸ ਟੂ ਹੀ ਹੋ ਗਈ ਆ। ਹਾਂਜੀ, ਅਤੇ ਤੁਹਾਡਾ ਰਿਜ਼ਲਟ ਕਾਰਡ 'ਤੇ ਬਣਵਾ ਦਿੰਦਾ ਦੂਰੀ ਅਰਜਿਤ? ਨਹੀਂ ਨਹੀਂ, ਕੋਈ ਨਹੀਂ, ਹੁਣ ਇੱਦਾਂ ਹੀ ਬਸ ਮੇਲ ਖੇਲ ਜਾਈਦਾ ਵਾ, ਵਧੀਆ ਗੱਲ ਆ। ਪਰ ਉਦੋਂ ਨਜ਼ਾਰੇ ਬੜੇ ਸੀ ਜ਼ਿਆਦਾ, ਫਿਕਰ ਨਹੀਂ ਸੀ ਕਿ ਫਾਕਾ ਨਹੀਂ, ਇਹ ਗੱਲ ਨਹੀਂ ਭਾਈ। ਇਹ ਤੁਹਾਡੇ ਫੈਨ ਆ ਜੀ? ਹਾਂ, ਇਹ ਭਰਾ ਆਪਣੇ ਹਾਂਜੀ ਫੈਨ, ਇਹਨਾਂ ਦੇ ਭਰਾ ਇਹਨਾਂ ਦੇ। ਅੱਛਾ, ਦੇਖੇ ਤਾਂ ਤੁਸੀਂ ਵੀ ਖੇਡਣੀ ਆ ਕਬੱਡੀ? ਹਾਂਜੀ ਖੇਡਾ। ਕੀ ਖੇਡਦੇ ਨੇ ਤੁਸੀਂ? ਹਾਂਜੀ ਰੇਡਰ ਕਿ ਜਾਫੀ? ਹਾਂਜੀ ਰੇਡਰ। ਆ ਮੈਨੂੰ ਲੱਗਦਾ ਦੋਵੇਂ ਸਕੇ ਭਰਾ ਲੱਗਦੇ ਮੈਨੂੰ, ਜੁੜ ਬਈ ਥੋੜ੍ਹਾ ਤਾਂ ਫਿਰ ਬਣਾਉਣਾ ਨਹੀਂ ਚਾਹੀਦੀ ਹੈ।
ਆ ਖਿੱਚਣ ਵਾਲੀ ਦੇਖੋ ਮਾਸਟਰ ਜੀ ਖੁਸ਼ੀ ਸਭ ਤੋਂ ਵੱਧ ਅੰਬੇ ਉਦੋਂ ਹੁੰਦੀ ਹੈ ਜਿਹੜੇ ਸਕੂਲ 'ਚ ਕਿਹਾ ਜਾਵੇ ਪੀੜ੍ਹੀ ਦੇ ਚੇਲੇ ਰਹਿਣਗੇ ਵਿਹਲੇ ਅਤੇ ਉਸੇ ਸਕੂਲ ਦੇ ਗਾਂਹ 'ਚ ਜਾ ਕੇ ਬੱਚੇ ਤੁਹਾਡੇ ਵਰਗਾ ਬਣਨਾ ਚਾਹੁੰਦੇ ਹੁਣ ਕਿਉਂ ਸਰ ਜੀ ਤੁਸੀਂ ਨਹੀਂ ਕੁਛ ਕਰਨਾ ਲਿਆਓ ਇੱਧਰ ਬੰਦ ਕਰ ਲਿਆ ਕੇ ਚੱਲਦਾ ਸਾਡੇ ਰਾਈਟਰ ਸਰ ਕਾਲੀ ਉਠਾਈ ਨੰਬਰ ਦੇਤਾ ਰੀਪਲੇ ਮੁੜ ਕੇ ਹੈਂਗ ਹੋ ਗਏ ਰੀਪਲੇ ਵੇਖੀ ਨੰਬਰ ਆ ਮੰਜਾ ਬੰਦਾ ਲੈ ਲੋ ਸਤਿ ਸ਼੍ਰੀ ਅਕਾਲ ਜੀ ਲੈ ਜੀ ਤੁਹਾਡਾ ਹੀ ਮੈਂ ਤੁਹਾਡਾ ਹੀ ਲੈ ਕੀ ਆ ਨੰਬਰ ਹੀ ਆਡਾ ਹੀ ਇਹ ਹੋਰ ਦਲਬਾਗ ਸਿੰਘ ਜੀ ਕੀ ਚੱਲ ਰਿਹਾ ਅੱਜ ਕੱਲ੍ਹ ਠੀਕ ਠਾਕ ਜੀ ਤੁਸੀਂ ਸੁਣਾਓ ਆਨੰਦ ਆ ਜੀ ਕਿੱਦਾਂ ਦਰਸ਼ਨ ਕਰਦੇ ਮਤਲਬ ਬਣਾ ਰਿਹਾ ਸੀ ਬਲੌਗ ਸ਼ੂਟ ਕਰ ਰਿਹਾ ਸੀ ਅੱਜ ਮੈਂ ਕਰ ਰਿਹਾ ਕਿ ਸੁਰਸ ਅੰਬਾ ਸੁਰ ਸਿੰਘ ਦੇ ਟੀਚਰਾਂ ਦੇ ਨਾਲ ਕੁਝ ਯਾਦਾਂ ਹਾਂਜੀ ਕੋਈ ਦੱਸੋ ਕੋਈ ਪੰਜਾਬੀ ਦੀ ਮੁੱਢਲੀ ਵਿੱਦਿਆ ਇਹਨਾਂ ਤੋਂ ਪ੍ਰਾਪਤ ਕੀਤੀ ਹੈ ਹਾਂ ਇਹਦੇ ਅੰਬੇ ਬਾਰੇ ਹਾਂਜੀ ਕੋਈ ਯਾਦਗਿਰੀ ਦੱਸੋ ਜੀ ਇਹਨਾਂ ਦੀ ਯਾਦਗਿਰੀ ਵੀ ਇਹ ਜਦੋਂ ਸਾਡੇ ਕੋਲ ਸੀ ਤੇ ਕੋਈ ਲੱਛਣ ਨਹੀਂ ਹੈਗੇ ਇਹਦੇ ਪਲੇਅਰਾਂ ਵਾਲੇ ਬੜਾ ਲਾਜ਼ਾਰ ਬੰਦਾ ਸੀ ਪਰ ਅੱਜ ਵੇਖੀਏ ਤੇ ਵਧੀਆ ਪਲੇਅਰ ਬਣ ਗਿਆ ਅੱਜ ਦੀ ਡੇਟ ਦੇ ਵਿੱਚ ਵਧੀਆ ਪਲੇਅਰ ਆ ਇਹਨਾਂ ਦੀ ਕਿਰਪਾ ਨਾਲ ਇਹਨਾਂ ਨੇ ਮੇਨਿਆਂ ਨੇ ਬਣਾਇਆ ਕਹਿਣ ਦੀ ਗੱਲ ਨਹੀਂ ਇਹ ਇਹਨਾਂ ਦੇ ਮੇਨਿਆਂ ਹੀ ਆ ਇਹਨਾਂ ਦੇ ਮੇਨਿਆਂ ਨੇ ਆਪਾਂ ਨੂੰ ਬਣਾਇਆ ਜਿਵੇਂ ਕਹਿ ਦਈਏ ਨਾ ਕਿਸੇ ਦਾ ਮੇਨਾ ਕੋਈ ਬਣਾ ਦਿੰਦਾ ਹੁੰਦਾ ਬੰਦੇ ਇਹਨਾਂ ਨੇ ਮੇਨਿਆਂ ਨੇ ਬਣਾਇਆ ਵਾ ਚਲੋ ਇਹਨਾਂ ਨੂੰ ਬਹੁਤ ਸਲੂਟ ਆ ਮਿਹਨਤ ਹੈ ਬੰਦੇ ਮਿਹਨਤ ਆ ਅਤੇ ਮਿਹਨਤ ਨੂੰ ਉਹਦਾ ਫਲ ਮਿਲਿਆ ਵਾ ਵਧੀਆ ਪਲੇਅਰ ਆ ਪਰਮਾਤਮਾ ਕਿਸੇ ਦਾ ਪਾਸ ਕਰਦੇ ਹਾਂ ਕਿਸੇ ਦਾ ਮਿਹਨਤ ਕਰਦਾ ਰਹੇ ਅਤੇ ਤਰੱਕੀ ਆ ਅੱਜ ਤੁਸੀਂ ਕਹਿੰਦੇ ਹੋ ਫਖਰ ਮਹਿਸੂਸ ਕਰ ਰਹੇ ਬਿਲਕੁਲ ਬਿਲਕੁਲ ਅੱਜ ਇਹਨਾਂ ਨੇ ਐਲਾਨ ਕਰਤਾ ਜੀ ਦੋ ਟੀਮਾਂ ਦੀਆਂ ਕਿੱਟਾਂ 17-14 ਦੂਜੀਆਂ ਵਾਲੀਬਾਲ ਦੀਆਂ ਅਤੇ 17-14 ਕਬੱਡੀ ਦੀਆਂ 48 ਕਿੱਟਾਂ ਇਹਨਾਂ ਵੱਲੋਂ ਸਕੂਲ ਤੋਂ ਬਹੁਤ ਵਧੀਆ ਬੜਾ ਧੰਨਵਾਦ ਕਰਦੇ ਅਸੀਂ ਪੁੱਤਰ ਦਾ ਤਾੜੀ ਵੱਜਣੀ ਚਾਹੀਦੀ ਫਿਰ ਬਿਲਕੁਲ ਮੈਂ ਨਾਮ ਦੇ 48 ਦੀ ਥਾਂ 49 ਕਰ ਲਾ ਨੰਜਾ ਕਿੱਟਾਂ ਕਰ ਲਾ ਕੋਈ ਨਹੀਂ ਜਿੱਤੇ ਨੰਜਾ ਨਹੀਂ ਭਾਜੀ ਫਿਰ ਮੇਰਾ ਵੀ ਸੋਚੋ ਨਾ ਮੈਨੂੰ ਮਾਣ ਹੈ ਤੇ ਵੀ ਜੇ ਅਸੀਂ ਕੋਈ ਗੱਲ ਕਹਿ ਦਈਏ ਤੇ ਨਾ ਨਹੀਂ ਕਰੂਗਾ ਵਧੀਆ ਪਲੇਅਰ ਆ ਕਦੀ ਇਹ ਜੀ ਗੱਲ ਸਮੇਂ ਦੇ ਤੋਂ ਸਾਨੂੰ ਹੋਰ ਵੀ ਉਮੀਦਾਂ ਵਾ ਅੱਛਾ ਤੁਸੀਂ ਇੰਨਾ ਟੈਨਸ਼ਨ ਨਹੀਂ ਲੈਂਦਾ ਗੇਮ ਨੂੰ ਬੜਾ ਈਜ਼ੀ ਤਰੀਕੇ ਨਾਲ ਖੇਡਦਾ ਇੱਕ ਹੁੰਦਾ ਨਾ ਓਵਰ ਜਿਹਾ ਹੋ ਕੇ ਜਾਂ ਕਿਤੋਂ ਵੀ ਗੁੱਸੇ ਗਲੇ 'ਚ ਉਹ ਚੀਜ਼ਾਂ ਇਸ 'ਤੇ ਪ੍ਰਭਾਵ ਨਹੀਂ ਕਰਦੀਆਂ ਆਪਦੀ ਗੇਮ ਦੇ ਵਿੱਚ ਖੋਭ ਕੇ ਖੇਡਦਾ ਵਧੀਆ ਖੇਡਦਾ ਵਾ ਕੋਈ ਉਤਰਾਅ ਚੜ੍ਹਾ ਸੌ ਗੇਮ 'ਚ ਆਉਂਦੇ ਰਹਿੰਦੇ ਆ ਪਰ ਇੰਨੀ ਟੈਨਸ਼ਨ ਨਹੀਂ ਦਿੰਦਾ ਵਧੀਆ ਖੇਡਦਾ ਇਹ ਚੀਜ਼ਾਂ ਮੈਨੂੰ ਚੰਗੀਆਂ ਲੱਗੀਆਂ ਇਹਦੀਆਂ ਵੀ ਫਾਲਤੂ ਐਨਰਜੀ ਵੇਸਟ ਨਹੀਂ ਕਰਦਾ ਕਿਉਂ ਅੰਬਾ ਜਿਹੜਾ ਤੁਹਾਡਾ ਸਟਾਈਲ ਆ ਗੇਮ ਦਾ ਹੈ ਨਾ ਅਤੇ ਵੀ ਤੁਸੀਂ ਈਜ਼ੀ ਲੈਣੇ ਉਹ ਰੀਜ਼ਨ ਕੀ ਆ ਉਹ ਤੁਸੀਂ ਕਿੱਥੋਂ ਸਿੱਖੀ ਉਹ ਚੀਜ਼ ਈਜ਼ੀ ਭਾਅ ਜੀ ਇੱਦਾਂ ਹੀ ਮਤਲਬ ਟੈਨਸ਼ਨ ਕਿਉਂ ਲੈਣੀ ਆ ਜੇ ਇੱਕ ਜਫਾ ਪੈ ਗਿਆ ਵਾ ਕੋਈ ਨਾ ਫਿਰ ਆਪਾਂ ਮਤਲਬ ਕਿ ਵਾਧੂ ਹੋਰ ਦੋ ਤਿੰਨ ਕਬੱਡੀਆਂ ਵੱਧ ਪਾ ਲਈਆਂ ਉੱਥੇ ਕੀ ਚੱਕਰ ਹੁੰਦੇ ਆ ਇੰਨੀ ਕੋਈ ਟੈਨਸ਼ਨ ਨਹੀਂ ਜੀ ਐਵਰੇਜ ਬਰਾਬਰ ਰੱਖੀ ਦੀ ਹਾਂਜੀ ਹਾਂਜੀ ਸੱਤ ਅੱਠ ਤਰੀਕੇ ਹੋ ਗਈਆਂ